ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇੱਥੇ ਆਇਆ ਜ਼ਬਰਦਸਤ ਪੁਚਾਲ ਕੰਬੀ ਤਰਤੀ ਮੱਚੀ ਹਾਹਾਕਾਰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਇੱਕ ਤੋਂ ਬਾਅਦ ਇੱਕ ਕੁਦਰਤੀ ਆਫਤ ਇਸ ਤਰ੍ਹਾਂ ਸਾਹਮਣੇ ਆਉਣ ਤੇ ਨੁਕਸਾਨ ਹੋਣ ਨਾਲ ਲੋਕਾਂ ਦੇ ਵਿੱਚ ਦਹਿਸ ਦਾ ਮਾਹੌਲ ਪੈਦਾ ਹੋ ਗਿਆ ਜਿਉਂ ਤੇ ਕੁਦਰਤ ਵੱਲੋਂ ਬਾਰ ਬਾਰ ਆਪਣੇ ਹੋਣ ਦਾ ਅਹਿਸਾਸ ਲੋਕਾਂ ਨੂੰ ਕਰਵਾਇਆ ਜਾ ਰਿਹਾ ਜੀ ਹੁਣ ਆਇਆ ਜ਼ਬਰਦਸਤ ਪੁਚਾਲ ਕੰਬੀ ਧਰਤੀ ਮੱਚੀ ਹਾਹਾਕਾਰ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਮਰੀਕਾ ਦੇ ਵਿੱਚ ਉੱਤਰੀ ਮੱਧ ਅਟਲਾਂਟਿਕ ਦੇ ਵਿੱਚ ਪੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਅਮਰੀਕਾ ਦੇ ਵਿੱਚ ਆਏ ਇਸ ਪੁਚਾਲ ਦੇ ਤੇਜ਼ ਝਟਕੇ ਮੰਗਲਵਾਰ ਨੂੰ ਉੱਤਰੀ ਮੱਧ ਅਟਲਾਂਟਿਕ ਰਿੰਜ ਦੇ ਵਿੱਚ ਮਹਿਸੂਸ ਕੀਤੇ ਗਏ ਅਮਰੀਕਾ ਵਿੱਚ 6.5 ਪੁਚਾਲ ਦੀ ਜਾਣਕਾਰੀ ਦਿੰਦੇ ਹੋਏ ਅਮਰੀਕੀ ਪੂ ਵਿਗਿਆਨੀ ਸਰਵੇਖਣ ਨੇ ਦੱਸਿਆ ਕਿ ਇਹ ਪੁਚਾਲ 16:35:08 ਸੈਕਿੰਡ ਤੇ ਦਰਜ ਕੀਤਾ ਗਿਆ ਜਿਸ ਦੀ ਤੀਬਰਤਾ ਰੈਕਟਰ ਪਮਾਨੇ ਦੇ ਉੱਪਰ 6.7 ਮਾਪੀ ਗਈ ਆ ਦੋਸਤੋ ਬਹੁਤ ਵੱਡੀ ਤੀਬਰਤਾ ਹੁੰਦੀ ਆ 6.7 ਅਮਰੀਕਾ ਦੇ ਵਿੱਚ ਮੰਗਲਵਾਰ ਨੂੰ ਆਇਆ ਇਸ ਪੁਚਾਲ ਦਾ ਕੇਂਦਰ 10 ਕਿਲੋਮੀਟਰ ਡੂੰਗਾਈ ਤੇ ਦੱਸਿਆ ਗਿਆ ਹੈ ਜੋ ਕਿ ਸ਼ੁਰੂਆਤੀ ਤੌਰ ਉੱਪਰ 10.819 ਉੱਤਰ ਅਕਸ਼ਾਂਸ਼ ਅਤੇ 43.392 ਪੱਛਮੀ ਲੰਬਕਾਰ 'ਤੇ ਅਧਾਰਤ ਕੀਤਾ ਗਿਆ ਆਇ ਇਸ ਪੂਚਾਲ ਦੇ ਵਿੱਚ ਹਜੇ ਤੱਕ ਕੋਈ ਵੀ ਜਾਨੀ ਮਾਲੀ ਨੁਕਸਾਨ ਖੋਣ ਦੀ ਖਬਰ ਸਾਹਮਣੇ ਨਹੀਂ ਆਈ ਇਸ ਪੂਚਾਲ ਦੇ ਕਾਰਨ ਲੋਕਾਂ ਦੇ ਵਿੱਚ